ਮੇਰਾ ਵੇਟ 124 ਕੇਜੀ ਸੀਗਾ ਜੀ। ਮੈਨੂੰ ਫੀਲ ਹੋਣ ਲੱਗੇ ਸੀ ਕਿ ਮੈਂ ਹੁਣ ਤੁਰ ਨਹੀਂ ਸਕਦੀ। ਉਸ ਤੋਂ 2 ਘੰਟੇ ਬਾਅਦ ਹੀ ਚੱਲ ਫਿਰ ਸਕਦੀ ਸੀਗੀ। ਸਤਿ ਸ਼੍ਰੀ ਅਕਾਲ ਜੀ, ਮੈਂ ਕੁਲਵੰਤ ਕੌਰ, ਮੈਂ ਲੁਧਿਆਣਾ ਤੋਂ ਹਾਂ ਜੀ। ਮੈਨੂੰ ਪਹਿਲਾਂ 37 ਮੇਰੀ ਏਜ ਆ ਜੀ। ਮੈਂ ਪਹਿਲਾਂ ਮੇਰਾ ਵੇਟ ਬਹੁਤ ਜ਼ਿਆਦਾ ਸੀਗਾ, ਮੇਰਾ ਵੇਟ 124 ਕੇਜੀ ਸੀਗਾ ਜੀ। ਉਹਦੇ ਕਰਕੇ ਮੈਨੂੰ ਬਹੁਤ ਜ਼ਿਆਦਾ ਪ੍ਰੋਬਲਮ ਆਉਣੀਆਂ ਸ਼ੁਰੂ ਹੋ ਗਈਆਂ ਸੀਗੀਆਂ। ਮੇਰੇ ਗੋਡਿਆਂ 'ਚ ਪੇਨ, ਮੇਰੇ ਸ਼ੋਲਡਰ 'ਚ ਪੇਨ, ਬੈਕ ਪੇਨ ਬਹੁਤ ਜ਼ਿਆਦਾ ਸੀ ਮੈਨੂੰ। ਅਤੇ ਮੈਨੂੰ ਮੈਂ ਆਪਣਾ ਜਾਣੀ ਕਿ ਮੈਨੂੰ ਫੀਲ ਹੋਣ ਲੱਗੇ ਸੀ ਕਿ ਮੈਂ ਹੁਣ ਤੁਰ ਨਹੀਂ ਸਕਦੀ, ਮੈਨੂੰ ਇੱਦਾਂ ਫੀਲ ਹੁੰਦਾ ਸੀਗਾ। ਫਿਰ ਮੈਂ 2 ਮਹੀਨੇ ਆਪਣੇ ਫੋਨ 'ਤੇ ਕਾਫੀ ਟਾਈਮ ਸਰਚ ਕੀਤਾ, ਲੁਧਿਆਣਾ, ਮੋਗਾ ਸਾਰੇ ਕਿਤੇ ਸਰਚ ਕੀਤਾ, ਲੇਕਿਨ ਮੈਨੂੰ ਸਰਚ ਕਰਨ ਦੇ ਬਾਅਦ ਮੈਂ ਡਾਕਟਰ ਅਮਿਤ ਸੂਦ ਨੂੰ ਹੀ ਚੂਜ਼ ਕੀਤਾ, ਜਿਹੜੇ ਕਿ ਬਰੈਟਿਕ ਸਰਜਰੀ ਕਰਦੇ ਨੇ, ਮੋਟਾਪੇ ਦੀ ਹੀ ਕਰਦੇ ਨੇ। ਅਤੇ ਪਹਿਲੇ ਮੈਨੂੰ ਡਰ ਵੀ ਲੱਗ ਰਿਹਾ ਸੀ ਕਿ ਮੇਰੀ ਜਿਹੜੀ ਸਰਜਰੀ ਆ ਇਹਦੇ ਨਾਲ ਮੈਂ ਦੁਬਾਰਾ ਚੱਲ ਪਾਊਂਗੀ ਜਾਂ ਬੈਡ 'ਤੇ ਰਹੂੰਗੀ, ਮੈਂ ਡਰਦੀ ਸੀ। ਮੇਰੇ ਹਸਬੈਂਡ ਵੀ ਬਹੁਤ ਡਰਦੇ ਸੀਗੇ। ਪਰ ਜਦੋਂ ਮੈਂ ਇੱਥੇ ਹੋਸਪਿਟਲ 'ਚ ਆਈ, ਮੈਂ ਡਾਕਟਰ ਸਾਹਿਬ ਨੂੰ ਮਿਲੀ, ਉਹਨਾਂ ਦਾ ਨੇਚਰ ਇੰਨਾ ਵਧੀਆ ਸੀ ਮੈਨੂੰ, ਉਹਨਾਂ ਇਹਨਾਂ ਨੇ ਵਧੀਆ ਤਰੀਕੇ ਨਾਲ ਸਮਝਾਇਆ ਕਿ ਮੇਰੇ ਆਪਣੇ ਮਨ ਨੂੰ ਤਸੱਲੀ ਹੋ ਗਈ ਕਿਵੇਂ ਹੁਣ ਮੈਂ ਸਰਜਰੀ ਕਰਵਾਉਣੀ ਤਾਂ ਡਾਕਟਰ ਅਮਿਤ ਸੂਦ ਤੋਂ ਹੀ ਕਰਵਾਉਣੀ ਆ। ਇਹਨਾਂ ਦਾ ਮੇਨ ਸੈਂਟਰ ਮੋਗੇ ਵਿੱਚ ਹੈ ਜੀ। ਸੋ ਫਿਰ ਉਸ ਤੋਂ ਬਾਅਦ ਮੈਂ ਡਾਕਟਰ ਸਾਹਿਬ ਨੂੰ ਮੋਗੇ ਦੇ ਵਿੱਚ ਹੀ ਮਿਲੀ ਸੀ, ਉਹਨਾਂ ਨੇ ਮੇਰੀ ਵੇਟ ਲੋਸ ਸਰਜਰੀ ਕੀਤੀ। ਉਸ ਤੋਂ ਬਾਅਦ ਮੈਂ 15 ਦਿਨਾਂ ਬਾਅਦ ਹੁਣ ਇੱਥੇ ਆਈ ਹਾਂ। ਮੇਰਾ ਵੇਟ 7-8 ਕਿਲੋ ਘੱਟ ਚੁੱਕਾ ਹੈ। ਉਹਨਾਂ ਨੇ ਮੇਰੀ ਦੂਰਬੀਨ ਨਾਲ ਸਰਜਰੀ ਕੀਤੀ ਸੀ, ਮੈਨੂੰ ਕੋਈ ਪ੍ਰੋਬਲਮ ਨਹੀਂ ਆਈ। ਮੈਂ ਉਸ ਤੋਂ 2 ਘੰਟੇ ਬਾਅਦ ਹੀ ਚੱਲ ਫਿਰ ਸਕਦੀ ਸੀਗੀ। ਸਭ ਕੁਛ ਹੁਣ ਉਸ ਤੋਂ ਬਾਅਦ ਸਟਾਫ ਇਹਨਾਂ ਦਾ ਬਹੁਤ ਨਾਈਸ, ਉਹਨਾਂ ਨੇ ਮੇਰੀ ਬਹੁਤ ਵਧੀਆ ਕੇਅਰ ਕੀਤੀ, ਮੈਨੂੰ ਕੋਈ ਪ੍ਰੋਬਲਮ ਨਹੀਂ ਆਈ। ਸੋ ਡਰਨ ਦੀ ਕੋਈ ਲੋੜ ਨਹੀਂ, ਕੋਈ ਦਿੱਕਤ ਨਹੀਂ ਆਉਂਦੀ। ਸੋ ਤੁਸੀਂ ਜੋ ਜਿਸ ਕਿਸੇ ਨੂੰ ਵੀ ਆਪਣੀ ਮੋਟਾਪੇ ਦੀ ਪ੍ਰੋਬਲਮ ਉਹ ਡਾਕਟਰ ਅਮਿਤ ਸੂਦ ਨੂੰ ਮੋਗੇ ਦੇ ਵਿੱਚ ਆ ਕੇ ਮਿਲਣ, ਸੋ ਮੋਟਾਪੇ ਦਾ ਉਹਦਾ ਛੁਟਕਾਰਾ ਪਾਉਣ। ਮੈਂ ਬਹੁਤ ਹੈਪੀ ਹਾਂ। ਸਤਿ ਸ਼੍ਰੀ ਅਕਾਲ ਜੀ।